ਅੰਤਿਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜ ਪਾਵੇ ਨਾਮ। ਸੰਤ ਅਕਾਲ ਪੁਰਖ ਰੱਬ ਵੱਲੋਂ ਔਥੋਰਾਈਜ਼ ਹੈ, ਅਧਿਕਾਰੀ ਹੈ, ਪ੍ਰਮਾਣਿਤ ਕੀਤਾ ਹੋਇਆ ਹੁੰਦਾ ਉਹਨੂੰ। ਇਸ ਧਰਤੀ ਦੇ ਲੋਕਾਂ ਨੂੰ ਨਾਮ ਜਪਾਉਣ ਦਾ ਅਧਿਕਾਰ ਹੈ। ਸਾਧ ਸੰਗਤ ਹਰ ਇੱਕ ਬੰਦਾ ਨਾਮ ਕੋਈ ਵੀ ਜਪਾ ਸਕਦਾ। ਮੈਂ ਵੀ ਤੁਹਾਨੂੰ ਵਾਹਿਗੁਰੂ ਵਾਹਿਗੁਰੂ ਜਪਾਇਆ। ਸੰਗਤ ਵਿੱਚੋਂ ਕੋਈ ਵੀ ਸਤਨਾਮ ਵਾਹਿਗੁਰੂ ਜਪਾ ਸਕਦਾ, ਪਰ ਸਾਧ ਸੰਗਤ ਸੰਤ ਜਿਹੜਾ ਹੁੰਦਾ ਉਹ ਰੱਬ ਵੱਲੋਂ ਤੁਰਦਰਗਾਹ ਤੋਂ ਔਥੋਰਾਈਜ਼ ਪ੍ਰਮਾਣਿਤ ਕੀਤਾ ਹੁੰਦਾ, ਅਧਿਕਾਰੀ ਹੈ ਨਾਮ ਜਪਾਉਣ ਦਾ। ਉਹਦੀ ਰਸਨਾ ਤੋਂ ਜਦੋਂ ਉਹ ਨਾਮ ਜਪਾਉਂਦਾ ਉਹਦਾ ਜਪਾਇਆ ਹੋਇਆ ਨਾਮ ਦੂਜਿਆਂ ਦੇ ਕਰਮ ਬਦਲ ਦਿੰਦਾ। ਸਾਧੂ ਦਾ ਜਪਾਇਆ ਹੋਇਆ ਨਾਮ ਜਪਣ ਵਾਲੇ ਦੇ ਕਰਮ ਬਦਲ ਦਿੰਦਾ। ਸਾਧੂ ਦਾ ਜਪਾਇਆ ਹੋਇਆ ਨਾਮ ਜਪਣ ਵਾਲੇ ਦੇ ਲੇਖ ਬਦਲ ਦਿੰਦਾ, ਔਰ ਸਾਧੂ ਦਾ ਜਪਾਇਆ ਹੋਇਆ ਨਾਮ ਜਪਣ ਵਾਲੇ ਦੇ ਹਿਰਦੇ ਵਿੱਚ ਵਸ ਜਾਂਦਾ। ਕਿਉਂ? ਭਾਈ ਉਹਨੇ ਕਮਾਈ ਕੀਤੀ ਹੋਈ ਹੈ, ਉਹ ਰੱਬ ਵੱਲੋਂ ਪ੍ਰਮਾਣਿਤ ਕੀਤਾ ਹੋਇਆ। ਜਿਵੇਂ ਸਿਗਨੇਚਰ ਤੁਹਾਨੂੰ ਸਾਰਿਆਂ ਨੂੰ ਕਰਨੇ ਆਉਂਦੇ ਨੇ, ਮੈਂ ਵੀ ਕਰ ਸਕਦਾ, ਤੁਸੀਂ ਸਾਰੇ ਆਪਣੇ ਹਸਤਾਖਰ ਸਿਗਨੇਚਰ ਕਰਦੇ ਹੋ, ਪਰ ਸਾਧ ਸੰਗਤ ਹਰ ਬੰਦੇ ਦੇ ਸਿਗਨੇਚਰ ਜਿਹੜੇ ਨੇ ਉਹ ਪ੍ਰਮਾਣਿਤ ਨਹੀਂ ਹੈ, ਔਥੋਰਾਈਜ਼ ਨਹੀਂ ਹੈ। ਕੁਝ ਸ਼ਖਸ ਐਸੇ ਹੁੰਦੇ ਨੇ ਜਿਹੜੇ ਸਰਕਾਰ ਵੱਲੋਂ ਪ੍ਰਮਾਣਿਤ ਕੀਤੇ ਜਾਂਦੇ ਨੇ, ਉਹ ਬੰਦੇ ਦੇ ਹਸਤਾਖਰ ਕੀਤੇ ਹੋਏ ਅੰਬੈਸੀ ਵਿੱਚ ਚੱਲਦੇ ਨੇ, ਉਹਦੇ ਹਸਤਾਖਰ ਕੀਤੇ ਹੋਏ ਲਾਈ ਹੋਈ ਮੋਹਰ ਫੋਟੋ ਕਾਪੀਆਂ ਨੂੰ ਵੀ ਅੰਬੈਸੀ ਵਿੱਚ ਅਸਲ ਮੰਨਿਆ ਜਾਂਦਾ। ਕਿਉਂ? ਉਹ ਨੋਟਰੀ ਟੈਸਟ ਕਰਨ ਦਾ ਅਧਿਕਾਰੀ ਹੈ, ਉਹਦੇ ਕੋਲ ਲਾਅ ਦੀ ਡਿਗਰੀ ਹੈ, ਉਹਦੇ ਕੋਲ ਵਕੀਲ ਦੀ ਡਿਗਰੀ ਹੈ, ਉਹਦੇ ਕੋਲ ਡਾਕਟਰ ਦੀ ਡਿਗਰੀ ਹੈ। ਜਿਹਦੇ ਕੋਲ ਡਿਗਰੀ ਹੋਵੇ ਉਹਦੇ ਸਿਗਨੇਚਰ ਚੱਲਦੇ ਨੇ। ਕੋਈ ਆਮ ਬੰਦਾ ਫੋਟੋ ਕਾਪੀ 'ਤੇ ਮੋਹਰ ਲੱਗ ਕੇ ਸਿਗਨੇਚਰ ਕਰ ਸਕਦਾ? ਨਹੀਂ। ਜਿਹਦੇ ਕੋਲ ਲਾਅ ਦੀ ਵਕੀਲ ਦੀ ਡਿਗਰੀ ਹੈ ਉਹਦੇ ਸਿਗਨੇਚਰ ਚੱਲਦੇ ਨੇ ਦਫ਼ਤਰ ਵਿੱਚ। ਉਹਦੇ ਸਿਗਨੇਚਰ, ਉਹਦੇ ਕੀਤੇ ਹੋਏ ਸਾਈਨ ਜਿਹੜੇ ਨੇ ਉਹ ਤੁਹਾਡੇ ਅਸਲ ਡਾਕੂਮੈਂਟ ਦੀਆਂ ਫੋਟੋ ਕਾਪੀਆਂ ਵੀ ਅਸਲ ਵਿੱਚ ਗਿਣੀਆਂ ਜਾਂਦੀਆਂ ਨੇ। ਕਿਉਂ? ਭਾਈ ਕਿਸੇ ਅਧਿਕਾਰੀ ਨੇ ਸਾਈਨ ਕਰ ਦਿੱਤੇ ਨੇ। ਇੱਦਾਂ ਜਦੋਂ ਜਪਣ ਵਾਲਾ ਨਾਮ ਜਪਾਉਂਦਾ ਉਹ ਰੱਬ ਵੱਲੋਂ ਅਧਿਕਾਰੀ ਹੁੰਦਾ, ਸੰਤ ਦਾ ਜਪਾਇਆ ਨਾਮ ਸਾਹਮਣੇ ਵਾਲੇ ਦਾ ਕਲਿਆਣ ਕਰ ਦਿੰਦਾ। ਮੈਂ ਇਹੋ ਜਿਹੇ ਕਈ ਸਾਧੂਆਂ ਦੇ ਤੁਹਾਨੂੰ ਨਾਮ ਗਿਣਾ ਸਕਦਾ ਜਿਹੜੇ ਸਾਧੂਆਂ ਨੇ, ਬ੍ਰਹਮ ਗਿਆਨੀਆਂ ਨੇ, ਸੰਤ ਮਹਾਂਪੁਰਸ਼ਾਂ ਨੇ, ਸਾਰੀ ਉਮਰ ਕੋਈ ਕਥਾ ਨਹੀਂ ਕੀਤੀ, ਸਾਰੀ ਉਮਰ ਨਾ ਉਹਨੇ ਕੀਰਤਨ ਕੀਤਾ ਨਾ ਉਹਨਾਂ ਨੇ ਕਥਾ ਕੀਤੀ ਹੈ। ਸਾਧ ਸੰਗਤ ਕੋਈ ਕਥਾ ਨਹੀਂ ਕੀਤੀ, ਕੋਈ ਕੀਰਤਨ ਨਹੀਂ ਕੀਤਾ, ਪਰ ਜਦੋਂ ਕੋਈ ਸੰਗਤ ਵਿੱਚ ਜੁੜਿਆ ਜੇ ਕਿਸੇ ਨੂੰ ਕਹਿ ਤਾ ਭਾਈ ਨਾਮ ਜਪਿਆ ਕਰ, ਬਾਣੀ ਪੜਿਆ ਕਰ, ਸ਼ਰਾਬ ਛੱਡ ਦੇ, ਇੱਕ ਵਾਰ ਕਹਿਣ ਨਾਲ ਉਹਦਾ ਕਲਿਆਣ ਹੋ ਗਿਆ। ਪਤਾ ਕਿਉਂ? ਉਹ ਰੱਬ ਵੱਲੋਂ ਅਧਿਕਾਰੀ ਹੈ ਸੰਤ, ਉਹ ਪ੍ਰਮਾਣਿਤ ਕੀਤਾ ਹੋਇਆ। ਉਹਦੇ ਇੱਕ ਵਾਰ ਕਹਿਣ ਨਾਲ ਸਾਹਮਣੇ ਵਾਲਾ ਬੰਦਾ ਸ਼ਰਾਬ ਛੱਡ ਸਕਦਾ, ਉਹਦੇ ਇੱਕ ਵਾਰ ਕਹਿਣ ਨਾਲ ਸਾਹਮਣੇ ਵਾਲਾ ਬੰਦਾ ਸਹੀ ਰਸਤੇ 'ਤੇ ਤੁਰ ਸਕਦਾ, ਇੱਕ ਵਾਰ ਕਹਿਦਾ ਉਹਦੇ ਬੋਲਾਂ ਵਿੱਚ ਇੰਨੀ ਤਾਕਤ ਆ ਜਾਂਦੀ ਹੈ। ਜਿਹੜਾ ਰੱਬ ਵੱਲੋਂ ਅਧਿਕਾਰੀ ਸੰਤ ਹੈ, ਪ੍ਰਮਾਣਿਤ ਕੀਤਾ ਹੋਇਆ ਸਾਧ ਸੰਗਤ, ਉਹਦੇ ਕਦਮਾਂ ਵਿੱਚ ਕ੍ਰਾਂਤੀ ਹੈ, ਉਹਦੇ ਹੱਥਾਂ ਵਿੱਚ ਬਰਕਤ ਹੈ, ਉਹਦੇ ਬੋਲਾਂ ਵਿੱਚ ਕਰਾਮਾਤ ਹੈ। ਔਰ ਮਾਫ਼ ਕਰਿਓ, ਕਿਸੇ ਯੂਨੀਵਰਸਿਟੀ ਕਾਲਜ ਵਿੱਚ ਸੰਤ ਨਹੀਂ ਬਣਾਏ ਜਾਂਦੇ। ਕੋਈ ਇੱਦਾਂ ਦਾ ਕਾਲਜ, ਕੋਈ ਯੂਨੀਵਰਸਿਟੀ ਨਹੀਂ ਹੈ ਜਿੱਥੇ ਕਹਿਣ ਜੀ ਉੱਥੇ ਸੰਤ ਬਣਾਏ ਜਾਂਦੇ। ਜੇ ਬਣਾਏ ਜਾਂਦੇ ਹੁਣ ਸਾਰੀ ਦੁਨੀਆ ਸੰਤ ਬਣ ਜਾਏ,
ਸੰਤ ਬਣਾਏ ਨਹੀਂ ਜਾਂਦੇ, ਸੰਤ ਤੁਰਦਰਗਾਹ ਤੋਂ ਥੱਪਿਆ ਹੋਇਆ ਧਰਤੀ 'ਤੇ ਆਉਂਦਾ, ਉਹ ਪਿਛਲੇ ਕਈ ਜਨਮਾਂ ਦੀ ਭਗਤੀ ਨਾਲ ਲੈ ਕੇ ਆਉਂਦਾ ਸਾਧ ਸੰਗਤ, ਤਾਂਹੀਓ ਉਹਦੇ ਬੋਲਾਂ ਵਿੱਚ ਕਰਾਮਾਤ ਹੈ, ਉਹਦੇ ਕਦਮਾਂ ਵਿੱਚ ਕ੍ਰਾਂਤੀ ਅਤੇ ਉਹਦੇ ਹੱਥਾਂ ਵਿੱਚ ਬਰਕਤ ਹੈ। ਹਰਿਆਣੇ ਵਿੱਚ ਇੱਕ ਪਿੰਡ ਪੈਂਦਾ ਡਾਚਰ, ਇਹ ਕਥਾ ਨੈੱਟ 'ਤੇ ਪਾਈ ਹੈ, ਮੈਂ ਸਿਰਫ ਤੁਹਾਡਾ ਧਿਆਨ ਦਵਾਉਣਾ। ਹਜ਼ੂਰ ਸਾਹਿਬ ਕਾਰ ਸੇਵਾ ਵਾਲੇ ਮਹਾਂਪੁਰਸ਼ ਸ਼੍ਰੀਮਾਨ ਸੰਤ ਬਾਬਾ ਜੀਵਨ ਸਿੰਘ ਜੀ, ਉਹ ਡਾਚਰ ਪਿੰਡ ਆਏ ਅਤੇ ਲੰਬੜਦਾਰਾਂ ਦੀ ਵੱਡੀ ਹਵੇਲੀ ਹੈ, ਉੱਚੇ ਪਾਵਿਆਂ ਵਾਲਾ, ਸੰਗਤ ਨੇ ਮੰਜਾ ਡਾਹ ਦਿੱਤਾ, ਚਾਦਰ ਵਿਛਾ ਦਿੱਤੀ, ਮਹਾਂਪੁਰਸ਼ ਆਏ ਨੇ, ਉਹ ਮੰਜੇ ਉੱਤੇ ਬਾਬਾ ਜੀ ਬਹਿ ਗਏ, ਵੱਡਾ ਤੱਪੜ ਵਿਛਾ ਦਿੱਤਾ ਝੋਨਾ ਝਾੜਨ ਵਾਲਾ, ਤੱਪੜ ਸਮਝਦੇ ਹੋ, ਖਾਦ ਵਾਲੇ ਥੈਲੇ ਸੀਂ ਕੇ ਜਿਹੜੇ ਪਿੰਡਾਂ 'ਚ ਹੁੰਦਾ ਸੀ। ਸੰਗਤ ਆਉਂਦੀ ਹੈ ਇੱਕ ਦੋ ਰੁਪਈਏ ਕੋਲ, ਪੰਜ ਰੁਪਏ ਰੱਖ ਕੇ ਉਹ ਮਹਾਂਪੁਰਸ਼ਾਂ ਨੂੰ ਹੱਥ ਜੋੜ ਕੇ ਕਹਿੰਦੇ ਨੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਕਿਉਂਕਿ ਉਹ ਮਹਾਂਪੁਰਸ਼ਾਂ ਦਾ ਹੁਕਮ ਹੁੰਦਾ ਸੀ ਹੱਥ ਢਾਂਗੂ ਹੈ ਭਾਈ ਮੱਥਾ ਨਹੀਂ ਟੇਕਣਾ, ਮੱਥਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਟੇਕੋ, ਭਾਈ ਮੱਥਾ ਨਹੀਂ ਟੇਕਣਾ। ਉਹ ਸੰਗਤ ਬੈਠੀ ਜਾਵੇ ਫਤਿਹ ਬੁਲਾਈ ਜਾਣ, ਉਗਰਾਹੀ ਚੱਲ ਰਹੀ ਸੀ ਪਿੰਡ ਵਿੱਚ, ਸੇਵਾਦਾਰ ਪਿੰਡ ਵਿੱਚ ਉਗਰਾਹੀ ਕਰ ਰਹੇ ਨੇ, ਇੰਨੇ ਨੂੰ ਪਿੰਡ ਦਾ ਇੱਕ ਉੱਚਾ ਲੰਮਾ ਨੌਜਵਾਨ ਆ ਗਿਆ, ਚਾਦਰਾ ਲਾਇਆ ਹੋਇਆ, ਕੁੜਤਾ ਪਾਇਆ ਹੋਇਆ, ਉਹਨੇ ਆ ਕੇ ਮਧੇੜ ਜਿਹਾ ਭਰਨੇ ਦਾ ਮਾਰਿਆ, ਅਤੇ ਬਾਬਾ ਜੀ ਨੂੰ ਆ ਕੇ ਨਾ ਉਹਨੇ ਵੀ ਪੰਜ ਰੁਪਈਏ ਰੱਖ ਕੇ ਕਿਹਾ ਮਹਾਂਪੁਰਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਦਾਂ ਫਤਿਹ ਬੁਲਾ ਕੇ ਨਾ ਜਿਹੜਾ ਉੱਚੇ ਪਾਵਿਆਂ ਵਾਲਾ ਵੱਡਾ ਮੰਜਾ ਜਿਹਦੇ ਉੱਤੇ ਬਾਬਾ ਜੀ ਬੈਠੇ ਆ, ਪੌਂਦ ਵੱਲ ਦੇ ਪਾਸੇ ਪੌਂਦੀਆਂ ਵੱਲ ਨਾਲ ਬਹਿ ਗਿਆ, ਜਦੋਂ ਨਾਲ ਬਹਿ ਗਿਆ ਪਿੰਡ ਦੇ ਬਜ਼ੁਰਗ ਮੋਹਰੇ ਬੈਠੇ, ਉਹਨੇ ਰੌਲਾ ਪਾ ਲਿਆ, ਕਹਿੰਦੇ ਉਹ ਮਾੜੀ ਮੋਟੀ ਸ਼ਰਮ ਕਰ, ਬਾਬਿਆਂ ਦੇ ਬਰਾਬਰ ਬਹਿ ਗਿਆ, ਚੱਲ ਥੱਲੇ ਬੈਠ, ਥੱਲੇ ਬੈਠ, ਬਾਬਿਆਂ ਦੇ ਬਰਾਬਰ ਬਹਿ ਗਏ ਮੋਹਰਿਓਂ, ਉਹ ਮੋਹਰਿਓਂ ਇਸ ਤਰ੍ਹਾਂ ਬੋਲਿਆ, ਕਹਿੰਦਾ ਵੀ ਮੰਜਾ ਇੱਡਾ ਵੱਡਾ ਖਾਲੀ ਪਿਆ, ਬਾਬੇ ਨੇ ਇਕੱਲੇ ਨੇ ਬਹਿਣਾ, ਖਾਲੀ ਸੀ ਮੈਂ ਬਹਿ ਗਿਆ। ਉਹ ਪਿੰਡ ਵਾਲੇ ਬਜ਼ੁਰਗ ਕਹਿੰਦੇ ਮਾੜੀ ਮੋਟੀ ਸ਼ਰਮ ਕਰ, ਥੱਲੇ ਬੈਠ, ਬਾਬਿਆਂ ਦੇ ਬਰਾਬਰ ਬਹਿ ਗਏ। ਮਹਾਂਪੁਰਸ਼ ਕਹਿੰਦੇ ਕੋਈ ਨਹੀਂ ਬੈਠਾ ਰਹਿਣ ਦਿਓ, ਪਿੰਡ ਵਾਲੇ ਬਜ਼ੁਰਗ ਬੋਲੇ, ਕਹਿੰਦੇ ਬਾਬਾ ਜੀ ਤੁਹਾਨੂੰ ਨਹੀਂ ਪਤਾ ਇਹ ਪੱਕਾ ਸ਼ਰਾਬੀ ਹੈ, ਬਾਬਾ ਜੀ ਇਹਦੀ ਰਾਤ ਦੀ ਅਜੇ ਉੱਤਰੀ ਨਹੀਂ ਹੋਣੀ, ਇਹ ਨਿੱਤ ਦਾ ਸ਼ਰਾਬੀ ਹੈ। ਮਹਾਂਪੁਰਸ਼ ਕਹਿੰਦੇ ਕੋਈ ਗੱਲ ਨਹੀਂ ਭਾਈ, ਜੇ ਨਾਲ ਬੈਠਾ ਕਿਸੇ ਗੱਲ ਕਰਕੇ ਬੈਠਾ ਉਹ ਭਾਈ ਕੋਈ ਗੱਲ ਨਹੀਂ, ਜੇ ਮੰਜੇ 'ਤੇ ਬੈਠਾ ਕਿਸੇ ਗੱਲ ਕਰਕੇ ਬੈਠਾ, ਬੈਠਾ ਰਹਿਣ ਦਿਓ। ਹੁਣ ਉਹ ਮਹਾਂਪੁਰਸ਼ਾਂ ਨੇ ਆਪਣੇ ਖੱਬੇ ਹੱਥ ਨਾਲ ਉਹਦਾ ਸੱਜਾ ਗੁੱਟ ਮੰਜੇ 'ਤੇ ਬੈਠਿਆਂ ਪੌਂਦ ਵੱਲ ਦੇ ਪਾਸੇ ਪਕੜ ਲਿਆ, ਜਿੰਨੀ ਦੇਰ ਬਾਬਾ ਜੀ ਬੈਠੇ ਰਹੇ ਆਪਣੇ ਹੱਥ ਨਾਲ ਉਹਦਾ ਹੱਥ ਗੁੱਟ ਪਕੜ ਕੇ, ਬਾਂਹ ਪਕੜ ਕੇ ਬੈਠੇ ਰਹੇ। ਸੰਗਤ ਜੁੜੀ ਗਈ, ਫਿਰ ਬਾਬਾ ਜੀ ਨੇ ਨਾਮ ਜਪਾਇਆ, ਭਾਈ ਉੱਨੀ ਦੇਰ ਨਾਮ ਜਪੋ ਜਿੰਨੀ ਦੇਰ ਉਗਰਾਹੀ ਚੱਲਦੀ ਹੈ, ਸਤਨਾਮ ਵਾਹਿਗੁਰੂ 15-20 ਮਿੰਟ ਜਪਾਇਆ, ਉਹ ਤੋਂ ਬਾਅਦ ਹੁਣ ਬਾਬਾ ਜੀ ਨੇ ਉਹਦੇ ਵੱਲ ਵੇਖਿਆ ਅਤੇ ਵੇਖ ਕੇ ਕਹਿੰਦੇ ਭਾਈ ਕਾਕਾ ਤੇਰਾ ਨਾਂ ਕੀ ਹੈ, ਭਾਈ ਕਾਕਾ ਤੇਰਾ ਨਾਂ ਕੀ ਹੈ? ਉਹ ਕਹਿੰਦੇ ਜੀ ਮੇਰਾ ਨਾਮ ਸ਼ੀਸ਼ਾ। ਅਤੇ ਮਹਾਂਪੁਰਸ਼ ਮੋਹਰਿਓਂ ਬੋਲੇ, ਕਹਿੰਦੇ ਉਹ ਸ਼ੀਸ਼ਾ ਹੋ ਕੇ ਵਿਗੜਿਆ ਫਿਰਦਾ, ਸ਼ੀਸ਼ੇ ਵਿੱਚ ਲੋਕ ਆਪਣੀਆਂ ਸੂਰਤਾਂ ਸਵਾਰਦੇ ਨੇ, ਤੂੰ ਸ਼ੀਸ਼ਾ ਹੋ ਕੇ ਵਿਗੜਿਆ ਫਿਰਦਾ, ਆ ਸਾਡੇ ਨਾਲ ਤੈਨੂੰ 10ਵੇਂ ਪਾਤਸ਼ਾਹ ਦੀ ਸੇਵਾ ਵਿੱਚ ਲਈਏ, ਤੈਨੂੰ ਇਹੋ ਜਿਹਾ ਸ਼ੀਸ਼ਾ ਬਣਾਵਾਂਗੇ ਉਹ ਤੇਰੇ ਜੀਵਨ ਵਿੱਚੋਂ ਲੋਕ ਆਪਣੀ ਸੀਰਤ ਸਵਾਰਿਆ ਕਰਨ। ਕਹਿੰਦੇ ਸਾਡੇ ਨਾਲ ਚੱਲੇਗਾ, ਚੱਲ ਤੈਨੂੰ ਨਾਲ ਲੈ ਕੇ ਚੱਲੀਏ, ਤੈਨੂੰ ਸ਼ੀਸ਼ਾ ਬਣਾਈਏ, ਤੇਰੇ 'ਚੋਂ ਲੋਕ ਆਪਣੀਆਂ ਸੀਰਤਾਂ ਸਵਾਰਨਗੇ, ਸਾਡੇ ਨਾਲ ਚੱਲੇਗਾ। ਕਹਿੰਦੇ ਜੀ ਲੈ ਜਾਓ। ਉਹ ਪਿੰਡ ਵਾਲੇ ਕਹਿੰਦੇ ਬਾਬਾ ਜੀ ਛੱਡੋ, ਪੱਕਾ ਸ਼ਰਾਬੀ ਇਹ ਬੰਦਾ, ਰਹਿ ਨਹੀਂ ਸਕਦਾ ਸ਼ਰਾਬ ਵਗੈਰਾ, ਇਹਨੂੰ ਨਾ ਲੈ ਕੇ ਜਾਓ। ਕਹਿੰਦੇ ਕੋਈ ਗੱਲ ਨਹੀਂ,
ਮਹਾਂਪੁਰਸ਼ਾਂ ਕਿਹਾ ਚੱਲ ਵੇ ਆਪਣਾ ਕੁੜਤਾ ਪਜਾਮਾ ਚੁੱਕ ਲਾ, ਘਰੋਂ ਇੱਕ ਕੁੜਤਾ ਪਜਾਮਾ ਚੁੱਕ ਲਿਆ, ਬਾਬਾ ਜੀ ਨਾਲ ਲੈ ਗਏ, ਐਸੀ ਸੇਵਾ ਵਿੱਚ ਜੁੜੇ ਨਾ। ਬਾਬਾ ਜੀ ਨੇ ਕਥਾ ਕੀਤੀ ਸਾਰੀ ਉਮਰ, ਨਾ ਕੀਰਤਨ ਕੀਤਾ। ਜਿਹਨੂੰ ਇੱਕ ਵਾਰ ਕਹਿ ਤਾ ਉਹ ਸ਼ੀਸ਼ਿਆ ਸ਼ਰਾਬ ਨਾ ਪੀਆ ਕਰ, ਉਹ ਸ਼ੀਸ਼ਿਆ ਸੇਵਾ ਕਰ, ਐਸਾ ਸੇਵਾ ਵਿੱਚ ਲਾਇਆ। ਜਿਹਨੂੰ ਪਿੰਡ ਦੇ ਲੋਕ, ਇਲਾਕੇ ਦੇ ਲੋਕ ਕਹਿੰਦੇ ਸੀ ਪੱਕਾ ਸ਼ਰਾਬੀ ਹੈ, ਨਿੱਤ ਦਾ ਸ਼ਰਾਬੀ ਹੈ, ਇੱਕ ਵਕਤ ਆਇਆ ਦੁਨੀਆ ਨੂੰ ਹੱਥ ਜੋੜ ਕੇ ਸੰਤ ਕਹਿਣ ਲੱਗ ਪਈ। ਅੱਜ ਜਿੰਨੀਆਂ ਹਜ਼ੂਰ ਸਾਹਿਬ ਦੀਆਂ ਗੱਡੀਆਂ ਵੇਖੋਗੇ ਸਾਰਿਆਂ ਉੱਤੇ ਨਾਮ ਲਿਖਿਆ ਹੁੰਦਾ ਧੰਨ ਧੰਨ ਬਾਬਾ ਸ਼ੀਸ਼ਾ ਸਿੰਘ ਜੀ। ਸੰਤ ਕੋਲ ਪਾਵਰ ਹੈ ਭਾਈ, ਉਹ ਕਿਸੇ ਸ਼ਰਾਬੀ ਨੂੰ ਵੀ ਸੰਤ ਬਣਾ ਸਕਦਾ, ਉਹ ਰੱਬ ਵੱਲੋਂ ਅਥੋਰਾਈਜ਼ ਹੈ। ਹਰ ਬੰਦੇ ਨੂੰ ਸਿਗਨੇਚਰ ਕਰਨੇ ਆਉਂਦੇ, ਪਰ ਸਿਗਨੇਚਰ ਚੱਲਦੇ ਨਹੀਂ ਸਾਰਿਆਂ ਦੇ, ਕਿਸੇ ਅਧਿਕਾਰੀ ਦੇ ਚੱਲਦੇ ਨੇ। ਇੱਦਾਂ ਸਾਧੂ ਜਦੋਂ ਨਾਮ ਜਪਾਉਂਦਾ ਉਹਦੇ ਇੱਕ ਵਾਰ ਕਹਿਣ ਨਾਲ ਸਾਹਮਣੇ ਵਾਲੇ ਦਾ ਕਲਿਆਣ ਹੋ ਜਾਂਦਾ। ਕਬੀਰ ਸੇਵਾ ਕੋ ਦੋਵੇਂ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੇ ਨਾਮ। ਹੁਣ ਅਗਲੀ ਗੱਲ ਸੁਣਿਓ, ਤੁਹਾਡੇ ਕੰਮ ਆਏਗੀ। ਹਰ ਬੰਦਾ ਕਹਿੰਦਾ ਅਸੀਂ ਸੰਤਾਂ ਦੇ ਸੇਵਾਦਾਰ ਹਾਂ, ਹਰ ਬੰਦਾ ਕਹਿੰਦਾ ਅਸੀਂ ਮਹਾਂਪੁਰਸ਼ਾਂ ਦੇ ਸੇਵਾਦਾਰ ਹਾਂ, ਅਸੀਂ ਮਹਾਂਪੁਰਸ਼ਾਂ ਦੇ ਸੇਵਕ ਹਾਂ। ਕੋਈ 20 ਸਾਲ ਤੋਂ ਆਉਂਦਾ, ਕੋਈ 30 ਸਾਲ ਤੋਂ ਆਉਂਦਾ, ਕੋਈ 10 ਸਾਲ ਤੋਂ ਆਉਂਦਾ, ਚੰਗੀ ਗੱਲ ਹੈ। ਜਿਹਨੇ ਜਪਣ ਵਾਲਿਆਂ ਦੇ ਦਰਸ਼ਨ ਕੀਤੇ ਭਾਗ ਵੱਡੇ, ਜਿਹਨੇ ਸੰਗਤ ਕੀਤੀ ਭਾਗ ਵੱਡੇ। ਪਰ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਪੁੱਛੀਏ, ਮਹਾਰਾਜ ਸਾਧੂ ਦਾ ਸੰਗੀ ਕੌਣ ਹੈ? ਮੈਂ 2 ਸਾਲ ਪਹਿਲਾਂ ਵੀ ਇਹ ਕਥਾ ਇੱਥੇ ਕਹੀ ਸੀ, ਸਾਧੂ ਦਾ ਸੰਗੀ ਕੌਣ ਹੈ? ਕੀ ਇਕੱਲਾ ਫਰੂਟ ਦੀ ਟੋਕਰੀ ਚੜਾਉਣ ਵਾਲਾ ਬੰਦਾ ਸਾਧੂ ਦਾ ਸੰਗੀ ਹੈ? ਕੀ ਮਠਿਆਈ ਦਾ ਡੱਬਾ ਲੈ ਆਉਂਦਾ, ਪਰਿਵਾਰ ਨਾਲ ਆ ਕੇ ਮੱਥਾ ਟੇਕਿਆ, ਬਾਬਿਆਂ ਨੂੰ ਕਿਹਾ ਜੀ ਬੇਟੇ ਨੇ ਬਾਹਰ ਜਾਣਾ, ਅਰਦਾਸ ਕਰ ਦਿਓ, ਆਹ ਕਾਰਜ ਬਣ ਜਾਏ ਅਰਦਾਸ ਕਰ ਦਿਓ, ਉਹਨਾਂ ਕਰ ਦੇਣੀ ਹੈ, ਕੰਮ ਬਣ ਜਾਣਾ, ਕੀ ਆਪਾਂ ਸਾਧੂ ਦੇ ਸੰਗੀ ਹਾਂ? ਬਾਬਾ ਜੀ ਜ਼ਮੀਨ ਲੈਣੀ ਹੈ, ਘਰ ਬਣਾਉਣਾ, ਕਾਰਜ ਹੋ ਜਾਏ, ਹੋ ਜਾਣਾ, ਕੀ ਆਪਾਂ ਸਾਧੂ ਦੇ ਸੰਗੀ ਹਾਂ? ਨਹੀਂ, ਭੁਲੇਖੇ ਵਿੱਚ ਨਾ ਰਹੋ, ਕਿਉਂਕਿ ਜੇ ਭੁਲੇਖਾ ਇੱਥੇ ਆ ਕੇ ਦੂਰ ਨਹੀਂ ਹੋਣਾ, ਫਿਰ ਕਿਤੇ ਵੀ ਨਹੀਂ ਹੋਣਾ ਤੁਹਾਡਾ। ਜੇ ਗੁਰੂ ਦੇ ਦਰਬਾਰ ਵਿੱਚ ਸਾਧੂ ਦੇ ਸੰਗਤ ਵਿੱਚ ਆ ਕੇ ਭੁਲੇਖਾ ਕਿਸੇ ਦਾ ਦੂਰ ਨਾ ਹੋਵੇ, ਫਿਰ ਕਿਤੇ ਵੀ ਨਹੀਂ ਹੋਏਗਾ। ਸਾਧੂ ਦਾ ਸੰਗੀ ਮਠਿਆਈ ਚੜਾਉਣ ਨਾਲ ਨਹੀਂ, ਸਾਧੂ ਦਾ ਸੰਗੀ ਫਰੂਟ ਦੀ ਟੋਕਰੀ ਚੜਾਉਣ ਨਾਲ ਨਹੀਂ, ਸਾਧੂ ਦਾ ਸੰਗੀ ਇਕੱਲਾ ਅਰਦਾਸ ਕਰਕੇ ਮੰਗ ਪੂਰੀ ਹੋ ਗਈ ਹੈ, ਸਾਧੂ ਦਾ ਸੰਗੀ ਨਹੀਂ। ਮਹਾਰਾਜ ਸਾਧੂ ਦਾ ਸੰਗੀ ਕੌਣ ਹੈ? ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹੋ, ਹੁਣ ਤੁਹਾਨੂੰ ਜਵਾਬ ਮਿਲਣ ਲੱਗਾ। ਪਹਿਲੀ ਗੱਲ, ਸਾਹਿਬ ਕਹਿੰਦੇ ਸਾਧਕੈ ਸੰਗ ਮਿਟੈ ਅਭਿਮਾਨ, ਪੜ੍ਹੋ, ਸਾਧਕੈ ਸੰਗ ਮਿਟੈ ਅਭਿਮਾਨ, ਸਾਧਕੈ ਸੰਗ ਪ੍ਰਗਟੈ ਸੋ ਗਿਆਨ। ਪਹਿਲੀ ਸ਼ਰਤ ਇਹ ਹੈ, ਜੇ ਤੇਰਾ ਅਭਿਮਾਨ ਮਿਟ ਗਿਆ, ਜੇ ਤੇਰਾ ਹੰਕਾਰ ਮਿਟ ਗਿਆ, ਤੂੰ ਸਾਧੂ ਦੀ ਸੰਗਤ ਕਰ ਲਈ ਹੈ। ਜੇ ਤੇਰੇ ਅੰਦਰ ਹੰਕਾਰ ਹੈ, ਮੈਂ ਭੱਠੇ ਦਾ ਮਾਲਕ ਹੈ, ਮੈਂ ਫੈਕਟਰੀ ਦਾ ਮਾਲਕ ਹੈ, ਮੈਂ ਇੰਨੇ ਪੈਸੇ ਚੜ੍ਹਾਏ ਹੈ, ਆਹ ਹਾਲ ਵਿੱਚ ਮੇਰੇ ਇੰਨੇ ਪੈਸੇ ਲੱਗੇ ਨੇ, ਤੂੰ ਸਾਧੂ ਦਾ ਸੰਗੀ ਨਹੀਂ। ਦੇਖੋ, ਤੁਹਾਨੂੰ ਗੁੱਸਾ ਤਾਂ ਲੱਗਣਾ, ਪਰ ਕੌੜੀ ਦਵਾਈ ਅਸਰ ਕਰ ਜਾਂਦੀ ਹੈ। ਸ਼ਾਇਦ ਇਹੀ ਡਿਊਟੀ ਮੈਨੂੰ ਲੱਗੀ ਹੈ ਜਮਾਂ ਪੁਰਸ਼ਾਂ ਵੱਲ, ਮੈਂ ਵੀ ਸਮਝਾਉਣਾ ਆਪਣੇ ਆਪ। ਸਾਧੂ ਦੇ ਸੰਗੀ ਪ੍ਰਗਟੈ ਸੋ ਗਿਆਨ ਦਾ ਅਰਥ ਹੈ, ਸੋਹਣਾ ਗਿਆਨ ਅੰਦਰ ਪ੍ਰਗਟ ਹੋ ਗਿਆ, ਮਨ ਦੇ ਅੰਦਰ ਗਿਆਨ ਪ੍ਰਗਟ ਹੋਇਆ ਕਿ ਕਰਨਾ ਕੀ ਹੈ, ਕਰ ਕੀ ਰਹੇ ਹਾਂ। ਜੇ 20 ਸਾਲ ਸੰਗਤ ਵਿੱਚ ਆ ਕੇ ਸ਼ਰਾਬ ਪੀ ਰਿਹਾ, ਤੂੰ ਸਾਧੂ ਦਾ ਸੰਗੀ ਨਹੀਂ ਹੈ। ਜੇ 20 ਸਾਲ ਸੰਗਤ ਵਿੱਚ ਆਉਂਦਿਆਂ ਅਜੇ ਤੂੰ ਗੁਆਂਢੀਆਂ ਦਾ ਬੰਨਾ ਵੱਢ ਕੇ ਜ਼ਮੀਨ ਦੱਬੀ ਹੋਈ ਹੈ, ਤੂੰ ਸਾਧੂ ਦਾ ਸੰਗੀ ਨਹੀਂ ਹੈ। ਕਿਸੇ ਦਾ ਹੱਕ ਮਾਰਿਆ ਹੋਇਆ, ਤੂੰ ਸਾਧੂ ਦਾ ਸੰਗੀ ਨਹੀਂ ਹੈ। ਕਿਉਂ?
ਸਾਧੂ ਦੇ ਸੰਗੀ ਦੇ ਗਿਆਨ ਪ੍ਰਗਟ ਹੁੰਦਾ। ਪੜ੍ਹੋ, ਸਾਧਕੇ ਸੰਗ ਮਿਟੇ ਅਭਿਮਾਨ, ਸਾਧਕੇ ਸੰਗ ਪ੍ਰਗਟੇ ਸੋ। ਹਾਂ, ਤੁਹਾਡੀ ਆਵਾਜ਼ ਆਉਣੀ ਚਾਹੀਦੀ, ਤੁਹਾਨੂੰ ਚੇਤੇ ਰਹੇਗਾ। ਸਾਧਕੇ ਸੰਗ ਮਿਟੇ ਅਭਿਮਾਨ, ਸਾਧਕੇ ਸੰਗ ਪ੍ਰਗਟੇ ਸੋ। ਅਗਲੀ ਗੱਲ, ਸਾਧਕੇ ਸੰਗ ਬੁੱਝੇ ਪ੍ਰਭ ਨੇਰਾ, ਸਾਧ ਸੰਗ ਸਭ ਹੋਤ ਨਵੇਰਾ। ਸਾਧੂ ਦੇ ਸੰਗਤ ਦੀ ਨਿਸ਼ਾਨੀ ਹੈ, ਤੈਨੂੰ ਰੱਬ ਨੇੜੇ ਦਿਸਣ ਲੱਗ ਪਿਆ, ਤੈਨੂੰ ਰੱਬ ਨੇੜੇ ਦਿਸਣ ਲੱਗ ਪਿਆ। ਜਿਹਨੂੰ ਰੱਬ ਨੇੜੇ ਦਿਸੇ ਉਹਦੇ ਕੋਲੋਂ ਗਲਤੀਆਂ ਨਹੀਂ ਹੁੰਦੀਆਂ, ਜਿਹਨੂੰ ਰੱਬ ਨੇੜੇ ਦਿਸੇ ਉਹ ਵਿਕਾਰੀ ਨਹੀਂ ਹੋਏਗਾ, ਜਿਹਨੂੰ ਰੱਬ ਨੇੜੇ ਦਿਸੇ ਉਹ ਹੰਕਾਰੀ ਨਹੀਂ ਹੋਏਗਾ, ਜਿਹਨੂੰ ਰੱਬ ਨੇੜੇ ਦਿਸੇ ਉਹ ਕਿਸੇ ਦਾ ਬੁਰਾ ਨਹੀਂ ਚਿਤਵੇਗਾ। ਕਿਉਂ? ਸਾਧੂ ਦੀ ਸੰਗਤ ਦਾ ਇੱਕੋ ਹੀ ਅਸਰ ਹੈ, ਤੈਨੂੰ ਰੱਬ ਨੇੜੇ ਦਿਸਣ ਲੱਗ ਪਿਆ। ਸਾਧ ਸੰਗਤ, ਤੁਸੀਂ ਆਪਣੇ ਘਰਾਂ ਵਿੱਚੋਂ ਅੱਜ ਕੈਲੰਡਰ ਬਦਲ ਦੇਣੇ ਨੇ, ਕਿਉਂਕਿ 1 ਜਨਵਰੀ ਹੋ ਗਈ ਹੈ। ਤੁਸੀਂ ਜਾ ਕੇ ਕੈਲੰਡਰ ਬਦਲ ਦੇਣੇ ਨੇ, 2023 ਵਾਲਾ ਕੈਲੰਡਰ ਲੱਗ ਕੇ 24 ਦਾ ਲਾ ਦੇਣਾ। ਡੈਰੀਆਂ ਬਦਲ ਜਾਣਗੀਆਂ, ਮੋਬਾਈਲਾਂ 'ਤੇ ਤਰੀਕ ਬਦਲ ਜਾਏਗੀ, ਪਰ ਮਾਫ ਕਰਿਓ, ਇਕੱਲਾ ਕੈਲੰਡਰ ਬਦਲਣ ਨਾਲ ਕੁਝ ਵੀ ਨਹੀਂ ਬਦਲੇਗਾ, ਜਿੰਨੀ ਦੇਰ ਆਪਣਾ ਕਰੈਕਟਰ ਨਹੀਂ ਬਦਲੋਗੇ। ਅੱਜ ਕੁਝ ਨਾ ਕੁਝ ਦੋ ਚੀਜ਼ਾਂ ਨੇ, ਇੱਕ ਨਵਾਂ ਸਾਲ ਆਰੰਭ ਹੋਇਆ, ਇੱਕ ਬਾਬਾ ਜੀ ਦੀ ਬਖਸ਼ਿਸ਼ ਕਿਰਪਾ ਲੈਣ ਲਈ ਤੁਸੀਂ ਬਰਸੀ ਮਨਾਉਣ ਲਈ ਬੈਠੇ ਹੋ। ਕੈਲੰਡਰ ਬਦਲਣ ਨਾਲ ਕੁਝ ਨਹੀਂ ਹੋਏਗਾ, ਆਪਣਾ ਕਰੈਕਟਰ ਚੇਂਜ ਕਰ, ਅੰਦਰ ਝਾਤ ਮਾਰ, ਪ੍ਰਗਟੇ ਸੋ ਗਿਆਨ। ਜਿਹੜੀ ਅੰਦਰ ਗਲਤੀ ਕਮੀ ਤੈਨੂੰ ਪਤਾ, ਹੋਰ ਨਹੀਂ ਕਿਸੇ ਨੂੰ ਪਤਾ, ਤੇਰੀ ਕਮੀ ਤੈਨੂੰ ਪਤਾ, ਉਹਨੂੰ ਅੱਜ ਬਦਲ ਦਈ। ਮੈਂ ਇੱਥੇ ਬੈਠਿਆਂ ਬੈਠਿਆਂ ਸੋਚ ਰਿਹਾ ਸੀ, ਮੈਂ ਲੱਭਣ ਲੱਗ ਪਿਆ ਮੇਰੇ 'ਚ ਕਿੰਨੀਆਂ, ਚਲੋ ਗਿਣਤੀ ਤਾਂ ਕੋਈ ਨਹੀਂ ਕਮੀਆਂ ਦੀ ਕਿੰਨੀ ਹੈ, ਪਰ ਇੱਕ ਮੈਂ ਬੈਠਿਆਂ ਅਰਦਾਸ ਕਰ ਦਿੱਤੀ ਹੈ, ਮਹਾਰਾਜ ਆਹ ਚੀਜ਼ ਹੁਣ ਕੱਢ ਦਿਓ, ਅੱਜ ਤਰੀਕ ਬਦਲੀ ਹੈ, ਆਹ ਚੀਜ਼ ਕੱਢ ਦਿਓ ਫਿਰ ਹੁਣ। ਔਰ ਗੁਰੂ ਨੇ ਕੱਢ ਦੇਣੀ ਹੈ, ਜੋ ਤੁਸੀਂ ਚਿੱਤ ਵਿੱਚ ਧਾਰਨ ਕਰਕੇ ਕਹੋਗੇ ਆਹ ਮੇਰਾ ਔਗਣ ਅੱਜ ਬਾਬਾ ਜੀ ਮਿਟਾ ਦਿਓ, ਮੇਰਾ ਵਿਸ਼ਵਾਸ ਹੈ ਕੱਲ੍ਹ ਸਵੇਰ ਦਾ ਦਿਨ ਚੜ੍ਹੇਗਾ, ਉਹ ਔਗਣ ਤੁਹਾਡੇ ਅੰਦਰ ਨਹੀਂ ਰਹੇਗਾ। ਚਿੱਤ ਵਿੱਚ ਕਹਿ ਦਿਓ, ਕੋਈ ਬੰਦਾ ਐਡਮਿਟ ਕਰੇ, ਆਹ ਚੀਜ਼ ਮੇਰੇ ਅੰਦਰੋਂ ਕੱਢ ਦਿਓ, ਅਤੇ ਸਾਧ ਸੰਗਤ ਕੱਲ੍ਹ ਦਾ ਦਿਨ ਚੜ੍ਹੇਗਾ, ਉਹ ਚੀਜ਼ ਅੰਦਰ ਨਹੀਂ ਹੋਏਗੀ। ਕਿਉਂ? ਜਿਹਦੀ ਜਗ੍ਹਾ 'ਤੇ ਬੈਠੇ ਹੋ ਪੂਰਾ ਸੰਤ ਹੈ, ਜਿਨ੍ਹਾਂ ਦੀ ਜਗ੍ਹਾ 'ਤੇ ਬੈਠੇ ਹੋ ਰੱਬ ਵੱਲੋਂ ਵਰੋ ਸਾਏ ਹੋਏ ਪੂਰੇ ਨੇ। ਸਾਧ ਸੰਗਤ, ਸਾਧੂ ਦੀ ਸੰਗਤ ਦਾ ਇਹ ਲਾਭ ਹੈ, ਤੇਰੇ ਅੰਦਰ ਗਿਆਨ ਪ੍ਰਗਟ ਹੋਵੇ। ਹੁਣ ਇਹ ਸਵਾਲ ਪੈਦਾ ਹੁੰਦਾ, ਇਹ ਸਾਰੀਆਂ ਗੱਲਾਂ ਕਿਵੇਂ ਆਉਣਗੀਆਂ ਜੀ? ਔਖੀਆਂ ਬਹੁਤ ਨੇ, ਇਹਨਾਂ ਸਾਰਿਆਂ ਦਾ ਇੱਕੋ ਹੀ ਫਾਰਮੂਲਾ ਹੈ। ਤੁਹਾਡੇ 'ਚ ਜਿਹੜੇ ਮੈਥ ਪੜ੍ਹੇ ਨੇ, ਮੈਥੇਮੈਟਿਕਸ ਸਬਜੈਕਟ ਇੱਕ ਇੱਦਾਂ ਦਾ ਹੈ ਜਿਹਦੇ ਵਿੱਚ ਕਈ ਵਾਰ ਪੂਰੇ ਸਵਾਲਾਂ ਦੀ ਐਕਸਰਸਾਈਜ਼ ਇੱਕੋ ਹੀ ਫਾਰਮੂਲੇ ਨਾਲ ਹੋ ਜਾਂਦੀ। ਫਾਰਮੂਲਾ ਇੱਕ ਚਾਹੀਦਾ, ਇੱਕੋ ਹੀ ਫਾਰਮੂਲਾ ਸਾਰੇ ਸਵਾਲਾਂ ਦੇ ਹੱਲ ਕਰ ਦਿੰਦਾ। ਇਹ ਸਾਰਾ ਕੁਝ ਸਾਡੇ ਵਿੱਚ ਆ ਜਾਏ, ਉਹਦੇ ਵਾਸਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਪੁੱਛੀਏ, ਮਹਾਰਾਜ ਫਾਰਮੂਲਾ ਕੋਈ ਦੱਸ ਦਿਓ। ਸਿੱਧਾ ਹੀ ਦੱਸ ਦਿੱਤਾ ਗੁਰੂ ਨੇ, ਔਖਾ ਜ਼ਰੂਰ ਹੈ, ਤੁਸੀਂ ਸੁਣ ਲਿਓ, ਅਰਦਾਸ ਕਰਿਓ, ਪਾਤਸ਼ਾਹ ਸਾਨੂੰ ਕਮਾਉਣ ਦਾ ਬਲ ਬਖਸ਼। ਕੀ ਫਾਰਮੂਲਾ? ਸਾਹਿਬ ਨੇ ਬਚਨ ਕਿਹਾ, ਸੁਣਿਓ ਧਿਆਨ ਨਾਲ। ਸੰਤੋ ਸਾਗਰ ਪਾਰੋ ਤਰੀਏ, ਪੜ੍ਹੋ, ਸੰਤੋ ਸਾਗਰ ਪਾਰੋ,
ਫਿਰ ਪੜੋ, ਸੰਤੋ ਸਾਗਰ ਪਾਰ ਉਤਰੀਐ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ। ਗੁਰ ਪ੍ਰਸਾਦ ਤੇਰੇ ਤੇ ਹੋ ਜਾਣਾ, ਪਰ ਤੂੰ ਸਾਧੂ ਦਾ ਬਚਨ ਕਮਾਉਣਾ ਸਿੱਖ, ਸੰਤ ਦਾ ਬਚਨ ਸੁਣ ਕੇ ਨਾ ਚਲੀ, ਉਹਨੂੰ ਕਮਾ ਲਈ, ਮੰਨ ਲਈ। ਜੇ ਬਚਨ ਨਾ ਮੰਨਿਆ ਨਾਲ ਦੀ ਨਾਲ ਕੱਟ ਹੋ ਜਾਂਦਾ। ਮੈਨੂੰ ਬਹੁਤੇ ਬੰਦਿਆਂ ਦਾ ਸਵਾਲ ਰਹਿੰਦਾ, ਅਸੀਂ ਫਲਾਨੇ ਮਹਾਂਪੁਰਸ਼ਾਂ ਕੋਲ ਗਏ ਸੀ, ਕਈ ਵਾਰ ਮੇਰਾ ਵੀ ਸੁਭਾਅ, ਮੈਂ ਕਹਿ ਦਿੰਦਾ ਹੁਣ ਫਲਾਨੇ ਮਹਾਂਪੁਰਸ਼ਾਂ ਕੋਲ ਜਾ ਆਓ, ਉਹ ਪੁੱਛਦੇ ਨੇ ਅਤੇ ਮੈਂ ਕਹਿੰਦਾ ਉਹਨੇ ਚਲੋ ਉੱਥੇ ਜਾ ਕੇ ਆਓ ਭਾਈ। ਕਿਉਂ ਜੀ? ਜੇ ਕੋਈ ਸਵਾਲ ਕਰੇ, ਆਹ ਲਾਈਵ ਚੱਲਦਾ। ਕਈ ਵਾਰ ਐਂ ਵੀ ਲੋਕ ਸਾਡੇ 'ਚ ਕੱਟੜ ਬਹੁਤ ਨੇ, ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੋੜੋ, ਸਰੀਰਾਂ ਨਾਲ ਕਿਉਂ ਜੋੜਦੇ ਹੋ? ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੋੜੋ, ਸਰੀਰਾਂ ਵੱਲ ਕਿਉਂ ਕਹਿੰਦੇ ਹੋ? ਸਾਧ ਸੰਗਤ, ਸਿੱਖ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਹੀ ਜੁੜਨੇ, ਸਿੱਖ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਹੀ ਮੱਥਾ ਟੇਕਣੇ। ਦੁਨੀਆਂ ਵਿੱਚ ਸਭ ਤੋਂ ਸਰਵ ਉੱਤਮ ਜੇ ਕੋਈ ਗੁਰੂ ਹੈ, ਕਲਯੁਗ ਪ੍ਰਮਾਣ ਹੈ, ਸਭ ਤੋਂ ਵੱਡਾ ਹੈ, ਅਤੇ ਉਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ। ਪਤਾ ਕਿਉਂ? ਮੇਰੇ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਸੇ ਅੱਗੇ ਸਿਰ ਨਹੀਂ ਝੁਕਾਇਆ। ਚਾਰੇ ਸਾਹਿਬਜ਼ਾਦੇ ਕੁਰਬਾਨ ਕਰ ਲਏ, ਗੁਰੂ ਗੋਬਿੰਦ ਸਿੰਘ ਦਾ ਕੋਈ ਸਿਰ ਨਹੀਂ ਝੁਕਾ ਸਕਿਆ। ਪਾਤਸ਼ਾਹ ਨੇ ਸਭ ਕੁਝ ਵਾਰ ਦਿੱਤਾ, ਸਰਵੰਸ਼ ਵਾਰਨ ਵਾਲਾ ਮੇਰਾ ਸਤਿਗੁਰੂ ਸਰਵੰਸ਼ ਤਾਂ ਵਾਰ ਦਿੱਤਾ, ਉਹਦਾ ਕੋਈ ਸਿਰ ਨਹੀਂ ਝੁਕਾ ਸਕਿਆ। ਜਿੱਦਣ ਮੇਰੇ ਗੁਰੂ ਨੇ ਸਿਰ ਝੁਕਾਇਆ, ਉੱਦਣ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਝੁਕਾਇਆ, ਕਿਸੇ ਅੱਗੇ ਨਹੀਂ ਝੁਕਾਇਆ। ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਸੀਸ ਝੁਕਾ ਕੇ ਕਿਹਾ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਫਿਰ ਸਾਧੂ ਮਹਾਂਪੁਰਸ਼ਾਂ ਕੋਲ ਪਤਾ ਕਿਉਂ ਘੱਲੀਦਾ? ਸਾਧੂ ਮਹਾਂਪੁਰਸ਼ਾਂ ਕੋਲ ਕਿਉਂ ਘੱਲੀਦਾ? ਭਾਈ ਤੁਸੀਂ ਬੈਂਕ ਵਿੱਚ ਲੋਨ ਲੈਣ ਜਾਂਦੇ ਹੋ, ਬੰਦਾ ਕਹਿੰਦਾ ਜੀ ਆਹ ਮੇਰੀ ਜ਼ਮੀਨ ਹੈ, ਮੇਰੇ ਨਾਮ ਹੈ, ਮੇਰੀ ਫਰਜ਼ ਹੈ, ਮੇਰੀ ਰਜਿਸਟਰੀ ਹੈ, ਮੈਨੂੰ ਲੋਨ ਦੇ ਦਿਓ। ਅਤੇ ਉਹ ਕਹਿੰਦੇ ਨੇ ਰਿਟਰਨਾਂ ਭਰ ਦਿਓ, ਜੇ ਕੰਡੀਸ਼ਨ ਪੂਰੀ ਕਰਦੇ ਹੋ ਫਿਰ ਦੇ ਦੇਣੇ, ਨਹੀਂ ਤਾਂ ਇੱਕ ਚੀਜ਼ ਹੋਰ ਹੈ ਪਿੰਡਾਂ ਵਿੱਚ, ਜਦੋਂ ਆਪਾਂ ਸੁਸਾਇਟੀ ਬੈਂਕ ਤੋਂ ਲੋਨ ਲਈਦਾ, ਉਹ ਕਹਿੰਦਾ ਕੋਈ ਜਾਮਣ ਚਾਹੀਦਾ, ਜਾਮਣੀ ਪਵਾਓ ਕਿਸੇ ਦੀ, ਗਰੰਟਰ ਚਾਹੀਦਾ, ਜਿਹਦਾ ਅਕਾਊਂਟ ਬੈਂਕ ਵਿੱਚ ਹੋਵੇ ਉਹਦੀ ਗਰੰਟੀ ਪਵਾਓ, ਥੋੜ੍ਹਾ ਜਿਹਾ ਲੋਨ ਲੈਣਾ ਹੋਵੇ ਤਾਂ ਵੀ ਗਰੰਟਰ ਚਾਹੀਦਾ। ਉਹ ਸਿੱਖਾ ਤੂੰ ਗੁਰਪ੍ਰਸਾਦ ਲੈਣਾ, ਫਿਰ ਕਿਸੇ ਸਾਧੂ ਦੀ ਗਰੰਟੀ ਪਵਾ ਲਾ, ਜੇ ਤੇਰੀ ਨਹੀਂ ਨਾ ਚੱਲਦੀ, ਤੂੰ ਪੂਰੀ ਨਹੀਂ ਕਰਦਾ ਕੰਡੀਸ਼ਨ, ਕਿਸੇ ਜਪਣ ਵਾਲੇ ਤੋਂ ਅਰਦਾਸ ਕਰਵਾ, ਉਹਦੀ ਗਰੰਟੀ ਉਹਦੀ ਜਾਮਣੀ ਪੈ ਜਾਏ, ਤੇਰਾ ਕੰਮ ਨਹੀਂ ਵੀ ਹੁੰਦਾ ਉਹ ਵੀ ਹੋ ਜਾਏਗਾ। ਕਿਉਂ? ਤੂੰ ਅਜੇ ਕੰਡੀਸ਼ਨ ਸ਼ਰਤ ਪੂਰੀ ਨਹੀਂ ਕਰਦਾ, ਸੇਵਾ ਥੋੜ੍ਹੀ, ਮੰਗਣ ਬਹੁਤਾ, ਮਹਿਲ ਨਾ ਪਾਵੇ ਕਹਿਤੋ ਪੋਤਾ, ਤੇਰੀ ਸੇਵਾ ਥੋੜ੍ਹੀ ਹੈ, ਮੰਗ ਜ਼ਿਆਦਾ ਰਿਹਾ, ਜਾਂ ਕਿਸੇ ਬੰਦਗੀ ਵਾਲੇ ਦੀ ਜਾਮਣੀ ਪਵਾ, ਹੁਣੇ ਹੋ ਜਾਣਾ। ਇਹ ਪ੍ਰਤੱਖ ਚੱਲਦਾ। ਪਰ ਜਿਸ ਬੰਦਗੀ ਵਾਲੇ ਕੋਲ ਜਾਵਾਂਗੇ, ਜੇ ਮੈਨੂੰ ਫਿਰ ਲੋਕ ਫਿਰ ਇਹ ਸਵਾਲ ਕਰਦੇ ਨੇ, ਅਸੀਂ ਗਏ ਸੀ ਜੀ ਸਾਡਾ ਨਿਗਮ ਬਣਿਆ, ਅਸੀਂ ਗਏ ਸੀ ਜੀ ਸਾਡੀ ਨਹੀਂ ਅਰਦਾਸ ਪੂਰੀ ਹੋਈ, ਪਤਾ ਕਿਉਂ? ਸਾਧੂ ਦਾ ਬਚਨ ਨਹੀਂ ਕਮਾਇਆ। ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ। ਇੱਕੋ ਹੀ ਚੀਜ਼ ਹੈ, ਜੋ ਜ਼ਬਾਨ ਤੋਂ ਸਾਧੂ ਕਵੇ ਉਹਨੂੰ ਉਸੇ ਵਕਤ ਸੱਤ ਬਚਨ ਕਹੀਦਾ, ਮੂਹਰੇ ਆਰਗੂਮੈਂਟ ਨਹੀਂ ਕਰੀਦਾ। ਜੇ ਤੁਸੀਂ ਇੱਕ ਸ਼ਬਦ ਵੀ ਆਰਗੂਮੈਂਟ ਕੀਤਾ, ਜੋ ਉਹਨੇ ਬਚਨ ਕਿਹਾ ਨਾਲ ਦੀ ਨਾਲ ਕੱਟ ਹੋ ਜਾਣਾ। ਅੱਛਾ, ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਮੈਂ ਐਗਜ਼ਾਮਪਲ ਤਾਂ ਦਿੰਦਾ, ਉਹਨਾਂ ਵੀ ਛੇਤੀ ਸਾਡੇ ਪਕੜ 'ਚ ਸਮਝ 'ਚ ਆ ਜਾਂਦੀ। ਜਦੋਂ ਆਪਾਂ ਸਕੂਲ ਵਿੱਚ ਪੇਪਰ ਦਿੰਦੇ ਹੋ, ਸਕੂਲ ਦੇ ਹੋਣ, ਕਾਲਜ ਦੇ ਹੋਣ,
ਇੱਕ ਸਵਾਲ, ਇੱਕ ਕੁਐਸਚਨ, ਇਸ ਤਰ੍ਹਾਂ ਦਾ ਵੀ ਪ੍ਰਸ਼ਨ ਆਉਂਦਾ ਕੁਐਸਚਨ ਪੇਪਰ ਵਿੱਚ, ਜਿਹਦੇ ਵਿੱਚ ਵਿਦਿਆਰਥੀ ਨੇ, ਸਟੂਡੈਂਟ ਨੇ ਪੈੱਨ ਨਾਲ ਆਪਣੇ ਕੋਲੋਂ ਕੁਛ ਨਹੀਂ ਲਿਖਣਾ। ਤੁਸੀਂ ਹੈਰਾਨ ਹੋਵੋਗੇ ਇਹ ਕਿਹੜਾ ਸਵਾਲ ਹੋਇਆ। ਇੱਦਾਂ ਦਾ ਵੀ ਕੁਐਸਚਨ ਆਨਸਰ ਵਿੱਚ, ਉਹ ਜਿਹੜੇ ਕੁਐਸਚਨ ਸੀਟ ਹੈ ਪੇਪਰ ਜਦੋਂ ਤੁਹਾਨੂੰ ਪੈਂਦਾ, ਪੇਪਰਾਂ ਵਿੱਚ ਇੱਕ ਇੱਦਾਂ ਦਾ ਸਵਾਲ ਆਉਂਦਾ ਜਿਹਦੇ ਵਿੱਚ ਸਟੂਡੈਂਟ ਨੇ ਆਪਣੇ ਕੋਲੋਂ ਕੁਝ ਵੀ ਲਿਖਣਾ ਨਹੀਂ, ਉਹ ਸਵਾਲ ਪਤਾ ਕੀ ਹੈ? ਹਾਂ ਜਾਂ ਨਾ, ਕਾਂਟਾ ਜਾਂ ਬਸ ਦੂਜਾ, ਜਾਂ ਸਹੀ ਮਾਰਨੀ ਹੈ ਜਾਂ ਕਾਂਟਾ ਮਾਰਨਾ ਹੈ। ਆਪਣੇ ਕੋਲੋਂ ਲਿਖਣਾ ਨਹੀਂ ਕੋਈ ਅੱਖਰ, ਬਿਲਕੁਲ ਵੀ ਇੱਕ ਵੀ ਅੱਖਰ ਲਿਖਣਾ ਨਹੀਂ, ਸਿਰਫ ਹਾਂ ਜਾਂ ਨਾ, ਕਾਂਟਾ ਜਾਂ ਸਹੀ, ਬਸ ਉਹਦੇ ਨੰਬਰ ਲੱਗ ਜਾਂਦੇ ਨੇ। ਜਦੋਂ ਸਾਧੂ ਕੋਲ ਆਈਏ ਆਪਣੇ ਕੋਲੋਂ ਕੋਈ ਸ਼ਬਦ ਨਹੀਂ ਕਹੀਦਾ, ਉੱਥੇ ਸਿਰਫ ਸੱਤ ਵਚਨ, ਸੱਤ ਵਚਨ, ਸੱਤ ਵਚਨ, ਸਾਰੇ ਨੰਬਰ ਲੱਗ ਜਾਣਗੇ। ਜੇ ਕੋਲੋਂ ਕੁਝ ਕਹਿਤਾ ਨਾਲੇ ਕੱਟ ਹੋ ਜਾਣ। ਮਹਾਂਪੁਰਸ਼ ਬਾਹਰ ਨਿਕਲੇ, ਕੁੱਲੀ 'ਚੋਂ ਜੋੜਾ ਪਾ ਰਹੇ ਸੀ, ਇੱਕ ਮਾਈ ਆ ਗਈ ਬਾਹਰ ਰੋਣ ਲੱਗ ਪਈ। ਬਾਬਾ ਜੀ ਨੇ ਦੇਖਿਆ, ਕਹਿੰਦੇ ਭਾਈ ਇਹ ਰੋਂਦੀ ਕਿਉਂ ਹੈ? ਪੁੱਛੋ, ਪੁੱਛਿਆ ਬਾਬਾ ਜੀ ਨੇ, ਕਹਿੰਦੇ ਭਾਈ ਕਿਉਂ ਰੋਂਦੇ? ਕਹਿੰਦੀ ਬਾਬਾ ਜੀ ਏਜੰਟ ਪੈਸੇ ਮਾਰ ਕੇ ਭੱਜ ਗਿਆ, ਲੜਕੀ ਜਵਾਨ ਆ, ਵਿਆਹਣ ਵਾਲੀ ਹੈ, ਮੁੰਡਾ ਬਾਹਰੋਂ ਮੁੜ ਆਇਆ, ਜ਼ਮੀਨ ਦੇ ਸਿਰਫ 4 ਸਿਆੜ ਨੇ ਮੇਰੇ ਕੋਲ, 16 ਲੱਖ ਰੁਪਈਆ ਮਾਰ ਕੇ ਏਜੰਟ ਭੱਜ ਗਿਆ, ਅਸੀਂ ਕਰਜ਼ਾਈ ਹੋ ਗਏ। ਬਾਬਾ ਜੀ ਕਿਰਪਾ ਕਰੋ। ਫਿਰ ਬਾਬਾ ਜੀ ਨੂੰ ਦੱਸਿਆ, ਕਹਿੰਦੇ ਜੀ ਉਹਦੇ ਏਜੰਟ ਪੈਸੇ ਮਾਰ ਗਿਆ ਜੀ। ਕਹਿੰਦੇ ਭਾਈ ਏਜੰਟ ਕਿਉਂ ਪੈਸੇ ਮਾਰ ਗਿਆ? ਕਹਿੰਦੇ ਜੀ ਮੁੰਡੇ ਨੂੰ ਬਾਹਰ ਘੱਲਣਾ ਸੀ। ਕਹਿੰਦੇ ਅੱਛਾ। ਉਹ ਮਾਈ ਨੂੰ ਪਤਾ ਕੀ ਕਿਹਾ ਬਾਬਾ ਜੀ ਨੇ? ਕਹਿੰਦੇ ਭਾਈ ਕੋਈ ਗੱਲ ਨਹੀਂ, ਰੋਈ ਦਾ ਨਹੀਂ ਹੁੰਦਾ, ਮੁੰਡਾ ਬਾਹਰ ਚੱਲ ਜਾਊਗਾ। ਨਾ ਏਜੰਟ ਨੂੰ ਮਾੜਾ ਕਿਹਾ, ਨਾ ਪੈਸਿਆਂ ਬਾਰੇ, ਕਿਉਂਕਿ ਸਾਧੂ ਕਹਿੰਦੇ ਉਹਨੂੰ ਨੇ ਜਿਹਦੀ ਜ਼ੁਬਾਨ ਤੋਂ ਕਦੇ ਕੌੜਾ ਸ਼ਬਦ ਆਉਣਾ ਹੀ ਨਹੀਂ ਹੈ, ਉਹਦੀ ਡਿਊਟੀ ਭਲਾ ਕਰਨ ਦੀ ਹੈ। ਮਹਾਂਪੁਰਸ਼ਾਂ ਬਚਨ ਕਿਹਾ, ਕਹਿੰਦੇ ਭਾਈ ਕੋਈ ਗੱਲ ਨਹੀਂ, ਬੀਬੇ ਰੋਈ ਦਾ ਨਹੀਂ, ਲੜਕਾ ਬਾਹਰ ਚੱਲ ਜਾਊਗਾ। ਇੰਨੀ ਗੱਲ ਕਹਿ ਕੇ ਬਾਬਾ ਜੀ ਤੁਰ ਪਏ, ਅਤੇ ਉਹ ਮਾਈ ਤੋਂ ਰਿਹਾ ਨਹੀਂ ਗਿਆ। ਉਹਨੂੰ ਉੱਥੇ ਚੁੱਪ ਕਰਕੇ ਸੱਤ ਬਚਨ ਕਹਿਣਾ ਚਾਹੀਦਾ ਸੀ, ਮੂਹਰਿਓਂ ਕੁਝ ਬੋਲਣਾ ਨਹੀਂ ਸੀ ਚਾਹੀਦਾ, ਉੱਥੇ ਬਿਲਕੁਲ ਕੋਈ ਸ਼ਬਦ ਨਹੀਂ, ਬਸ ਚੁੱਪ ਕਰ ਜਾਣਾ ਚਾਹੀਦਾ ਸੀ, ਕਿਉਂਕਿ ਇਹ ਉਹ ਸਵਾਲ ਆਨਸਰ ਨੇ ਜਿੱਥੇ ਕੋਲੋਂ ਨਹੀਂ ਕੁਝ ਲਿਖੀਦਾ, ਸੱਤ ਬਚਨ ਚੁੱਪ। ਪਰ ਉਹ ਮਾਈ ਤੋਂ ਰਿਹਾ ਨਹੀਂ ਗਿਆ, ਫਿਰ ਮਗਰ ਤੁਰ ਪਈ, ਕਿਹਾ ਵੀ, ਕਹਿੰਦੇ ਨਾ ਹੁਣ ਨਾ ਮੋਹਰੇ ਹੋਏ ਬਾਬਾ ਜੀ ਨੇ, ਫਿਰ ਮੋਹਰੇ ਹੋ ਗਈ। ਐਂ ਗੱਲ 'ਚ ਬਲਾ, ਬਾਬਾ ਜੀ ਕਦੋਂ ਕੁ ਮੁੰਡਾ ਬਾਹਰ ਚੱਲ ਜਾਊਗਾ? ਬਾਬਾ ਜੀ ਕਹਿੰਦੇ ਭਾਈ ਕੌਣ? ਕਹਿੰਦੇ ਉਹ ਲੜਕਾ ਮੇਰਾ ਕਦੋਂ ਕੁ ਬਾਹਰ ਚੱਲੂਗਾ? ਕਹਿੰਦੇ ਸਾਨੂੰ ਕੀ ਪਤਾ, ਕੱਟ ਹੋ ਗਿਆ। ਸਾਨੂੰ ਕੀ ਪਤਾ, ਕੱਟ ਹੋ ਗਿਆ। ਇੱਥੇ ਅਜੇ ਤੱਕ ਉਹੀ 4 ਕਿੱਲਿਆਂ ਦੀ ਖੇਤੀ ਕਰਦਾ, ਕਰਜ਼ਾ ਕੁਰਜ਼ਾ ਤਾਂ ਚਲੋ ਉਤਰ ਗਿਆ, ਕੁੜੀ ਵੀ ਵਿਆਹੀ ਗਈ ਹੈ, ਪਰ ਸਾਧ ਸੰਗਤ ਉਹ ਚੀਜ਼ ਨਹੀਂ ਬਣੀ ਜੋ ਕਿਹਾ ਸੀ ਨਾ, ਬਾਹਰ ਚੱਲ ਜਾਏਗਾ, ਸਮਝੋ ਚਲੇ ਜਾਏਗਾ, ਪਰ ਜੇ ਮੋਹਰੇ ਫਿਰ ਸਵਾਲ ਕੀਤਾ, ਮਾਫ ਕਰਿਓ, ਫਿਰ ਨਾਲੇ ਕੱਟ ਹੋ ਜਾਂਦਾ। ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ, ਇੱਥੇ ਬਚਨ ਕਮਾਉਣਾ ਫਿਰ ਸਾਧੂ ਦੀ ਸੰਗਤ ਦਾ ਸਾਰਾ ਹੀ ਫਲ ਮਿਲਣ ਲੱਗ ਪੈਂਦਾ। ਜੇ ਮੋਹਰਿਓਂ ਆਪ ਬੋਲਣ ਲੱਗ ਪਏ ਭਾਈ, ਫਿਰ ਖਤਮ ਹੈ ਗੱਲ। ਮੈਂ ਇੱਕ ਦਿਨ ਲਾਈਵ ਤੋਂ ਸੁਣਾਤੀ, ਬੈਠੇ ਨੇ ਗਰੇਵਾਲ ਸਾਹਿਬ ਵੀ ਆ, ਸਾਰੀ ਸੰਗਤ ਆਪਣੀ, ਅਸੀਂ ਖੰਡ ਗਏ, ਉੱਥੇ ਬਾਬਾ ਜੀ ਵੀ ਆਏ। ਮੈਨੂੰ ਕਹਿ ਗਿਆਨੀ ਜੀ ਕੀ ਗੱਲ ਹੋਈ ਭਾਈ, ਇਹ ਸਮਾਗਮ 'ਤੇ ਉਦੋਂ ਆਏ ਨਹੀਂ। ਮੈਂ ਕਿਹਾ ਜੀ ਥੋੜ੍ਹੀ ਜਿਹੀ ਪ੍ਰੋਬਲਮ ਹੈ। ਕਹਿੰਦੇ ਕੀ ਗੱਲ ਹੈ? ਮੈਂ ਕਿਹਾ ਜੀ ਪੱਥਰੀ ਆ, ਪੱਥਰੀ ਦੀ ਪ੍ਰੋਬਲਮ ਹੈ।
ਕਹਿੰਦੇ ਅੱਛਾ, ਅਤੇ ਬਾਬਾ ਜੀ ਪਤਾ ਕੀ ਕਹਿੰਦੇ? ਬਾਬਾ ਪਰਮਜੀਤ ਸਿੰਘ ਜੀ ਕਹਿੰਦੇ ਕੋਈ ਗੱਲ ਨਹੀਂ ਭਾਈ, ਗਿਆਨੀ ਜੀ ਦੀ ਪੱਥਰੀ ਕੱਢੋ ਬਾਈ, ਸੇਵਾਦਾਰ ਗਿਆਨੀ ਜੀ ਵੀ ਪੱਥਰੀ ਠੀਕ ਕਰੀਏ। ਕਹਿੰਦੇ ਪੱਥਰੀ ਠੀਕ ਕਰੋ, ਨਾਲ ਸੇਵਾਦਾਰ ਕਹਿੰਦੇ ਮਹਾਰਾਜ 7 ਵਜੇ ਕਹਿੰਦੇ ਜੋ ਲਿਖਾਓ, ਜਿਹੜੀ ਲਿਖਾਉਂਦੇ ਹੁੰਦੇ ਆ ਤਾਂ ਉਹ 3-4 ਚੀਜ਼ਾਂ ਲਿਖਾਈਆਂ, ਆਹ ਲੈ ਲਓ। ਕਹਿੰਦੇ ਕੋਈ ਗੱਲ ਨਹੀਂ, ਪੱਥਰੀ ਦੀ ਕਿਹੜੀ ਗੱਲ ਹੈ, ਸਤ ਸੰਗਤ ਕਈ ਵਾਰ ਅਸੀਂ ਸੁਣਾਉਣ ਵਾਲੇ ਵੀ ਭੁੱਲ ਜਾਈਦੇ, ਇਹ ਨਹੀਂ ਕਿ ਤੁਸੀਂ ਸੁਣਨ ਵਾਲੇ, ਅਸੀਂ ਵੀ ਕਈ ਵਾਰ ਭੁੱਲ ਜਾਈਦਾ ਸੁਣਾਉਣ ਵਾਲੇ। ਉਹ ਜਦੋਂ ਬਾਬਾ ਜੀ ਕਹਿੰਦੇ ਪੱਥਰੀ ਕੱਢੋ, ਗਿਆਨੀ ਜੀ ਲਿਖਾਓ, ਭਾਈ ਨਿਕਲ ਜਾਣੀ ਸੀ, ਨਿਕਲ ਜਾਣੀ ਸੀ, ਪਰ ਮੈਂ ਉਹ ਚੀਜ਼ਾਂ ਲਿਖਾ ਕੇ ਫਿਰ ਕਿਹਾ ਜੀ ਡਾਕਟਰ ਕਹਿੰਦਾ ਥੋੜ੍ਹੀ ਜਿਹੀ ਵੱਡੀ ਆ ਵੀ ਉਹਦੀ ਸਲਾਹ ਕਿੱਦਾਂ, ਫਿਰ ਡਾਕਟਰ ਦੀ ਕਹਿੰਦੇ ਫਿਰ ਡਾਕਟਰ ਦੀ ਭਾਈ ਸਲਾਹ ਲੈ ਲਓ। ਉਹ ਸਲਾਹ ਹੀ ਲਈ ਗਏ, ਕਈ ਸਾਲ ਅਸੀਂ ਕੁਛ ਨਹੀਂ ਹੋਇਆ, ਸਲਾਹਾਂ ਵਿੱਚ ਰਹਿ ਗਏ। ਪਤਾ ਕਿਉਂ? ਨਾਲ ਦੀ ਨਾਲ ਕੱਟ ਹੋ ਗਿਆ, ਮੋਹਰੇ ਕੁਛ ਬੋਲਣਾ ਨਹੀਂ ਸੀ, ਇੱਕ ਵੀ ਸ਼ਬਦ ਕੋਲੋਂ ਨਹੀਂ ਲਿਖਣਾ, 7 ਵਚਨ 7 ਵਚਨ 7 ਵਚਨ। ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰਪ੍ਰਸਾਦੀ ਤਰੀਏ। ਇੱਕ ਵਾਰ ਪੜ੍ਹੋ, ਸਾਗਰ ਪਾਰ ਤਰੀਏ ਸੰਤੋ, ਸਾਗਰ ਪਾਰ ਤਰੀਏ, ਸਾਗਰ ਪਾਰ ਤਰੀਏ ਸੰਤੋ, ਸਾਗਰ ਪਾਰ ਤਰੀਏ, ਸਾਗਰ ਪਾਰ ਸੰਤੋ, ਸਾਗਰ ਗਜ ਕੇ ਸਾਗਰ ਪਾਰ ਤਰੀ ਸੰਤੋ, ਸਾਗਰ। ਜੇ ਕੋ ਬਚਨ ਕਮਾਵੇ ਸੰਤਨ ਕਾ, ਜੇ ਕੋ ਬਚਨ ਕਮਾਵੇ ਸੰਤਨ ਕਾ, ਜੇ ਕੋ ਬਚਨ ਕਮਾਵੇ ਸੰਤਨ ਕਾ, ਜੇ ਕੋ ਜੇ ਕੋ ਬਚਨ ਕਮਾਵੇ ਸੰਤਨ ਕਾ, ਜੇ ਕੋ ਬਚਨ ਕਮਾਵੇ ਸੰਤਨ ਕਾ, ਜੇ ਕੋ ਬਚਨ ਕਮਾਵੇ ਸੰਤ, ਜੇ ਕੋ ਬਚਨ ਕਮਾ ਸੋ ਗੁਰਪ੍ਰਸਾਦੀ ਤਰੀਏ ਸੰਤੋ, ਸਾਗਰ ਪਾਰੋ ਤਰੀਏ, ਸਾਗਰ ਪਾਰ ਉਤਰੀਏ ਸੰਤੋ, ਸਾਗਰ ਪਾਰ ਉਤਰੀਏ, ਸਾਗਰ ਪਾਰ ਸੰਤੋ, ਸਾਗਰ ਸਾਗਰ ਪਾਰ, ਸਾਗਰ ਆਖੋ ਸਤਨਾਮ ਸ੍ਰੀ। ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰਪ੍ਰਸਾਦੀ ਤਰੀਏ। ਮਾਈ ਇੱਕ ਆਈ ਆਪਣੇ ਲੜਕੇ ਨਾਲ ਸਕੂਟਰ 'ਤੇ, ਆ ਕੇ ਮਹਾਂਪੁਰਸ਼ਾਂ ਨੂੰ ਆਪਣੇ ਦੁੱਖ ਦੀ ਬੇਨਤੀ ਕੀਤੀ, ਗਰੀਬੀ ਬੜੀ ਹੈ ਜੀ ਘਰ 'ਚ, ਆਪਾਂ ਸੰਸਾਰੀ ਲੋਕ ਇਹੀ ਚੀਜ਼ਾਂ ਮੰਗਦੇ। ਉਹ ਮਹਾਂਪੁਰਸ਼ ਉਹ ਮਾਈ ਵੱਲ ਤਾਂ ਵੇਖਣ ਨਾ, ਲੜਕੇ ਵੱਲ ਵਾਰ ਵਾਰ ਲੜਕੇ ਵੱਲ ਧਿਆਨ ਜਾਈਏ। ਜਦੋਂ ਤੁਰਨ ਲੱਗੇ ਤਾਂ ਉਹ ਮਾਈ ਨੇ ਕਿਹਾ ਜੀ ਗਰੀਬੀ ਘਰ 'ਚ ਬਹੁਤ ਹੈ, ਕੱਲ ਕਲੇਸ਼ ਹੈ ਜੀ, ਘਰ ਵਾਲਾ ਸ਼ਰਾਬ ਪੀਂਦਾ ਜੀ। ਮਹਾਂਪੁਰਸ਼ਾਂ ਨੇ ਸੀਸਾਂ ਦੇਣੀਆਂ ਸੀ, ਭਾਈ ਠੀਕ ਹੋ ਜਾਣਾ, ਸਭ ਕੁਝ ਆਹ ਹੋ ਜਾਣਾ। ਅਤੇ ਫਿਰ ਬਾਬਾ ਜੀ ਨੇ 50 ਰੁਪਈਏ ਕੱਢ ਕੇ ਉਹਦੇ ਲੜਕੇ ਨੂੰ ਦਿੱਤੇ। ਅੱਗੋਂ ਸਾਧ ਸੰਗਤ ਅਸੀਂ ਲੋਕ ਫੇਲ ਹੋ ਜਾਂਦੇ ਹਾਂ, ਸੰਗਤ ਕਰਨੀ ਸਿੱਖਣੀ ਪੈਂਦੀ ਹੈ।
50 ਰੁਪਈਏ ਦਿੱਤੇ। ਮਾਈ ਨੇ ਆਪਣੇ ਲੜਕੇ ਦੇ ਹੱਥੋਂ 50 ਰੁਪਈਏ ਲੈ ਲਏ। ਕਹਿੰਦੀ ਬਾਬਾ ਜੀ ਤੁਹਾਤੋਂ ਥੋੜ੍ਹੀ ਪੈਸੇ ਲੈਣੇ, ਬਾਬਾ ਜੀ ਤੁਹਾਡੇ ਤੋਂ ਥੋੜ੍ਹੀ ਲੈਣੇ ਪੈਸੇ, ਕਿਉਂਕਿ ਉਹਦੇ ਮਨ 'ਚ ਵੀ 50 ਰੁਪਈਆ ਨਾਲ ਕੀ ਬਣਨਾ, ਸਾਡੇ ਤਾਂ ਗਰੀਬੀ ਆ, ਲੱਖਾਂ ਰੁਪਈਆ ਆਉਣ ਫਿਰ ਗੱਲ ਬਣਨੀ ਹੈ, ਬਾਬਾ ਜੀ ਤੁਹਾਡੇ ਤੋਂ ਥੋੜ੍ਹੀ ਪੈਸੇ ਲੈਣੇ ਹੈ। ਬਾਬਾ ਜੀ ਕਹ ਭਾਈ ਤੈਨੂੰ ਨਹੀਂ ਦਿੱਤੇ, ਤੇਰੇ ਲੜਕੇ ਨੂੰ ਦਿੱਤੇ, ਭਾਈ ਤੈਨੂੰ ਨਹੀਂ ਦਿੱਤੇ, ਲੜਕੇ ਨੂੰ ਦਿੱਤੇ, ਲੈ ਕਾਕਾ। ਉਹਨੇ ਲੈ ਲੈ, ਮਾਈ ਨੇ ਫਿਰ ਨਹੀਂ ਨਹੀਂ ਬਾਬਾ ਜੀ ਤੁਹਾਤੋਂ ਥੋੜ੍ਹੀ ਪੈਸੇ ਨੇ, ਲੈ ਬਾਬਾ ਜੀ ਤੁਹਾਤੋਂ ਥੋੜ੍ਹੀ ਪੈਸੇ ਲੈਣੇ, ਫਿਰ ਮੋੜ ਦਿੱਤੇ। ਕਹਿੰਦੇ ਨਹੀਂ ਲੈਣੇ ਭਾਈ, ਰਹਿਣ ਦੇ ਇੱਥੇ, ਨਹੀਂ ਲੈਣੇ ਭਾਈ, ਰਹਿਣ ਦੇ ਇੱਥੇ ਪਏ। ਤਾਂ ਸਾਧ ਸੰਗਤ ਉਹ ਚਲੇ ਗਏ, ਮਾਈ ਉੱਧਰ ਜੋੜਾ ਪਾਉਣ ਦੂਰ ਚਲੀ ਗਈ। ਲੜਕੇ ਦੇ ਮਨ ਵਿੱਚ ਆਇਆ ਵੀ ਜਦੋਂ ਤੱਕ ਬੀਬੀ ਆਉਂਦੀ ਹੈ ਮੈਂ ਜਾਨੂੰ ਸਕੂਟਰ ਪਰਲੇ ਪਾਸੇ ਖੜ੍ਹਾ ਕਰਦਾ, ਸੜਕ ਪਾਰ ਕਰਕੇ ਉੱਧਰੋਂ ਬਿਠਾ ਕੇ ਬੀਬੀ ਨੂੰ ਲੈ ਕੇ ਜਾਣਾ। ਮਾਈ ਉੱਧਰ ਜੋੜਾ ਪਾਉਣ ਚਲੀ ਗਈ, ਉਹ ਸਕੂਟਰ ਲੈ ਕੇ ਸੜਕ ਪਾਰ ਕਰਨ ਲੱਗਾ। ਜਿੱਥੇ ਉਹ ਸਥਾਨ ਹੈ ਨਾ, ਮੈਂ ਉਹ ਮਹਾਂਪੁਰਸ਼ਾਂ ਦੇ ਉੱਥੇ ਗਿਆ, ਇਹ ਬਾਬਾ ਜੀ ਵੀ ਉੱਥੇ ਜਾਂਦੇ ਰਹੇ। ਜਦੋਂ ਉਹ ਸੜਕ ਪਾਰ ਕਰਨ ਲੱਗਾ, ਉੱਧਰੋਂ ਤੇਜ਼ ਰਫ਼ਤਾਰ ਵਿੱਚ ਫੋਰ ਵੀਲਰ ਆਇਆ, ਜ਼ੋਰ ਫੇਟ ਵੱਜੀ, ਸਕੂਟਰ ਤੋਂ ਡਿੱਗਿਆ, ਉੱਪਰੋਂ ਲੰਘ ਗਿਆ, ਰੌਲਾ ਪੈ ਗਿਆ, ਬੰਦਾ ਮਰ ਗਿਆ, ਬੰਦਾ ਮਰ ਗਿਆ, ਐਕਸੀਡੈਂਟ ਹੋ ਗਿਆ, ਲੋਕ ਇਕੱਠੇ ਹੋ ਗਏ, ਫੋਰ ਵੀਲਰ ਲੰਘ ਗਿਆ, ਲੜਕਾ ਮਰ ਗਿਆ। ਮਾਈ ਤਾਹਾਂ ਮਾਰੇ ਪਿੱਟੇ, ਰੌਲਾ ਪੈ ਗਿਆ। ਉਹ ਸੇਵਾਦਾਰ ਨੇ ਕਿਹਾ ਬਾਬਾ ਜੀ ਉਹ ਜਿਹੜੀ ਮਾਈ ਨਹੀਂ ਆਈ ਉਹਦਾ ਲੜਕਾ ਮਰ ਗਿਆ। ਮਹਾਰਾਜ ਜੋ ਲੜਕਾ ਜਿਹੜਾ ਐਕਸੀਡੈਂਟ ਹੋ ਗਿਆ ਬਾਹਰ, ਉਹ ਮਰ ਗਿਆ। ਬਾਬਾ ਜੀ ਕਹਿੰਦੇ ਭਾਈ ਅਸੀਂ ਕੀ ਕਰ ਸਕਦੇ। ਬੜੇ ਦੁਖੀ ਹੋ ਕੇ, ਉਦਾਸ ਹੋ ਕੇ ਬੋਲੇ, ਸਾਧੂ ਤੁਹਾਡੇ ਦੁੱਖਾਂ ਵਿੱਚ ਉਦਾਸ ਹੋ ਜਾਂਦਾ, ਕਿਉਂ? ਉਹਨੇ ਸਾਰੀ ਸ੍ਰਿਸ਼ਟੀ ਦਾ ਭਲਾ ਮੰਗਣਾ, ਉਹ ਸਾਰੀ ਸ੍ਰਿਸ਼ਟੀ ਦਾ ਭਲਾ ਮੰਗਦਾ, ਕੁੱਲ ਸ੍ਰਿਸ਼ਟੀ ਦਾ ਭਲਾ ਸਾਧੂ ਮੰਗਦਾ, ਆਪਾਂ ਤਾਂ ਆਪਣਾ ਹੀ ਆਪਣਾ ਮੰਗਦੇ ਹਾਂ। ਸੰਤੋ ਆ ਜਿਹੜੇ ਪੂਰੀ ਸ੍ਰਿਸ਼ਟੀ ਦਾ ਭਲਾ ਮੰਗ। ਜਦੋਂ ਸੁਨਾਮੀ ਲਹਿਰਾਂ ਆਈਆਂ ਇੱਥੇ ਬੈਠੇ ਹਾਂ ਬਾਬਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਚਰਨਾਂ 'ਚ ਅਰਦਾਸ ਕੀਤੀ ਬਾਬਾ ਜੀ ਨੇ, ਔਰ ਫਿਰ ਪਤਾ ਸਾਰਾ ਕੁਝ ਤੁਹਾਨੂੰ ਜੋ ਹੋਇਆ। ਜੇ ਉਹਨੂੰ ਲਾਈਵ 'ਤੇ ਕਹੀਏ, ਕਈਆਂ ਨੇ ਸਵੇਰੇ ਸਵਾਲ ਕਰ ਦੇਣੇ ਮੇਰੇ 'ਤੇ, ਕੁਝ ਚੀਜ਼ਾਂ ਸਾਧੂਆਂ ਦੀਆਂ ਦੱਸੀਆਂ ਨਹੀਂ ਜਾ ਸਕਦੀਆਂ, ਕੈਮਰੇ ਵਿੱਚ ਕੈਦ ਨਹੀਂ ਕੀਤੀਆਂ ਜਾ ਸਕਦੀਆਂ, ਕਿਉਂ? ਸੱਜਣੋ ਸਾਗਰ ਦੀ ਬਹੁਤੀ ਵਿਆਖਿਆ ਨਹੀਂ ਕੀਤੀ ਜਾ ਸਕਦੀ। ਸਮੁੰਦਰ ਆਪਣੀ ਮਰਜ਼ੀ ਦਾ ਮਾਲਕ ਹੁੰਦਾ, ਉਹ ਕਿਸੇ ਮਰਿਆਦਾ ਵਿੱਚ ਬੱਝਿਆ ਨਹੀਂ ਹੁੰਦਾ। ਇੱਦਾਂ ਸਾਧੂ ਰੱਬ ਨਾਲ ਜੁੜੇ ਹੋਏ, ਉਹ ਕਿਸੇ ਦੀ ਬੰਦਿਸ਼ ਵਿੱਚ ਨਹੀਂ ਹੁੰਦੇ। ਖੈਰ ਕਹਿੰਦੇ ਭਾਈ ਅਸੀਂ ਕੀ ਕਰ ਸਕਦੇ, ਬਹੁਤ ਦੁਖੀ ਹੋਏ, ਕਹਿੰਦੇ ਅਸੀਂ ਕੀ ਕਰ ਸਕਦੇ। ਉਹ ਦੁਖੀ ਹੋਏ ਮਾਈ ਨੂੰ ਲੈ ਕੇ ਆਏ, ਉਹ ਕਹਿੰਦੇ ਭਾਈ ਲੈ ਜਾਓ, ਅਸੀਂ ਨਹੀਂ ਕੁਛ ਵੀ ਕਰ ਸਕਦੇ, ਅਸੀਂ ਕਦੋਂ ਦੇ ਦੇ ਲੜਕੇ ਦਾ ਮੱਥਾ ਦੇਖ ਰਹੇ ਸੀ। ਇਹ ਕਹਿੰਦੀ ਗਰੀਬੀ ਮੁੱਕ ਜਾਏ, ਦਲਿੱਦਰ ਮੁੱਕ ਜਾਏ, ਕਲੇਸ਼ ਮੁੱਕ ਜਾਏ, ਘਰ 'ਚੋਂ ਗਰੀਬੀ ਦੂਰ ਹੋ ਜਾਏ, ਸਾਨੂੰ ਨਜ਼ਰ ਆ ਰਿਹਾ ਸੀ ਇਹਦੇ ਲੜਕੇ ਦੀ ਉਮਰ ਪੂਰੀ ਹੋ ਗਈ ਹੈ। ਅਸੀਂ 3 ਵਾਰ 50 ਰੁਪਈਏ ਦਿੱਤੇ, 50 ਰੁਪਈਏ ਹੀ ਸਮਝਦੀ ਰਹੀ, ਅਸੀਂ ਗੁਰੂ ਨਾਨਕ ਦੇ ਘਰੋਂ 50 ਸਾਲ ਦੀ ਉਮਰ ਦੇ ਰਹੇ ਸੀ। ਭਾਈ ਅਸੀਂ ਕੀ ਕਰ ਸਕਦੇ ਹਾਂ, ਇਹ 50 ਰੁਪਈਏ ਹੀ ਸਮਝਦੀ ਰਹੀ, ਅਸੀਂ 50 ਸਾਲ ਦੀ ਉਮਰ ਗੁਰੂ ਨਾਨਕ ਦੇ ਘਰੋਂ ਦੇ ਰਹੇ ਸੀ। ਔਰ ਸਤ ਸੰਗਤ ਫਿਰ ਤੁਸੀਂ ਮੇਰੇ ਵੀ ਮਨ 'ਚ ਆਇਆ, ਤੁਹਾਡੇ ਵੀ ਆਏਗਾ ਕਿ ਦੱਸ ਕਿਉਂ ਨਹੀਂ ਦਿੱਤਾ ਫਿਰ, ਪਤਾ ਕਿਉਂ? ਤਾਂ ਹੀ ਕਹਿੰਦੇ ਰੱਬ ਸਾਧੂ ਦਾ ਸ਼ਰੀਕ ਨਹੀਂ, ਸਾਧੂ ਜਿਹੜਾ ਉਹ ਰੱਬ ਦਾ ਸ਼ਰੀਕ ਨਹੀਂ ਬਣਦਾ, ਉਹ ਦੱਸਦਾ ਨਹੀਂ ਲੋਕਾਂ ਨੂੰ। ਗੁਰਪ੍ਰਸਾਦੀ ਗੁਪਤੋ ਵਰਤ ਹੈ, ਚੁਣ ਕੱਢੇ ਲੱਦੋ ਵਾਰੇ, ਉਹ ਗੁਪਤ ਵਰਤਦਾ,
ਉਹਨੂੰ ਦੱਸਣ ਦਾ ਅਧਿਕਾਰ ਨਹੀਂ ਹੈ, ਕੁਝ ਹੋਣਾ ਪਤਾ ਹੁੰਦਾ ਪਰ ਉਹ ਦੱਸਣ ਦਾ ਅਧਿਕਾਰ ਨਹੀਂ। ਕਿਉਂ? ਉਹ ਗੁਪਤ ਰਹਿੰਦਾ, ਗੁਰਪ੍ਰਸਾਦੀ ਗੁਪਤੋ ਵਰਤ ਹੈ, ਉਹ ਗੁਪਤ ਰਹਿੰਦਾ। ਹੁਣ ਨਜ਼ੀਕ ਖੁਦਾਏ ਦਾ ਭੇਤ ਨਾ ਕਿਸੇ ਦੇਣ, ਰੱਬ ਦੇ ਨੇੜੇ ਬਹਿਣ ਵਾਲੇ ਦੁਨੀਆਂ ਨੂੰ ਭੇਤ ਨਹੀਂ ਦਿੰਦੇ। ਕੀ ਹੈ? ਪਤਾ ਸਭ ਹੁੰਦਾ ਪਰ ਭੇਤ ਨਹੀਂ ਦਿੰਦੇ। ਕਿਉਂ? ਕਿਉਂਕਿ ਉਹ ਰੱਬ ਵਰਗੇ ਹੁੰਦੇ ਨੇ, ਜਿਨ੍ਹਾਂ ਨਾ ਵਿਸਰੇ ਨਾਮ, ਸਿੱਖ ਨਹੇ ਆ ਭੇਦ ਨਾ ਜਾਣੋ ਮੂਲ, ਸਾਈਂ ਜਿਹੇ ਆ। ਲੋਕਾਂ ਨੂੰ ਤਾਂ ਨਹੀਂ ਦੱਸਦੇ, ਇੱਥੇ ਤਾਂ ਢੇਰ ਲੱਗ ਜਾਣਗੇ ਲਾਸ਼ਾਂ ਦੇ, ਕਿਹਨੂੰ ਕਿਹਨੂੰ ਠੀਕ ਕਰਨਗੇ ਭਾਈ? ਨਹੀਂ, ਉਹ ਗੁਪਤ ਰੱਖਦੇ ਨੇ। ਅੱਗੇ ਭਾਈ ਅਗਲੇ ਦੀ ਕਿਸਮਤ, ਜੇ ਬਚਨ ਮੰਨ ਲੈ ਤਾਂ ਪਾਰ ਉਤਾਰ, ਜੇ ਮੂਹਰੇ ਸਵਾਲ ਜਵਾਬ ਕਰਦੇ ਬਚਨ ਨਾਲੇ ਕੱਟਿਆ ਜਾਂਦਾ। ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰਪ੍ਰਸਾਦੀ ਤਰੀ ਹੈ। ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ।